ਮਜੀਠਾ ਰੋਡ ਦੇ ਨੇੜੇ 88 ਫੀਟ ਰੋਡ ਤੇ ਚਾਰ ਅਣਪਛਾਤੇ ਯੁਵਕਾਂ ਨੇ ਹੁਸ਼ਿਆਰਪੁਰ ਵਾਈਨ ਦੇ ਠੇਕੇ ਤੇ ਦੋ ਕਰਿੰਦਿਆਂ ਨੂੰ ਗੋਲੀ ਮਾਰ ਕੇ ਲੁੱਟਖੋ ਕੀਤੀ। ਇਸ ਘਟਨਾ ਵਿੱਚ ਇਹ ਦੋ ਕਰਿੰਦੇ ਹਰਦੀਪ ਅਤੇ ਰੁਪਿੰਦਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਹ ਅਣਪਛਾਤੇ ਲੁਟੇਰੇ ਗੱਲੇ 'ਚ ਪਈ 60,000 ਰੁਪਏ ਦੀ ਰਕਮ ਲੁੱਟ ਕੇ ਲੈ ਗਏ। ਏਸੀਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਪਨੇ ਧਿਆਨ ਕੰਮ ਕਰ ਰਹੇ ਸੀ ਦੋਨੋਂ ਮੁੰਡੇ, ਤਕਰੀਬਨ 9:15 ਦਾ ਟਾਈਮ, ਚਾਰ ਪੰਜ ਮੁੰਡੇ ਆਏ, ਮੂੰਹ ਬੰਨੇ ਹੋਏ ਸੀਗੇ, ਉਹਨਾਂ ਕੈਸ਼ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ ਰੋਕਿਆ, ਉਹ ਹੱਥੋਂ ਪਾਈ ਹੋਈ, ਉਹਨਾਂ ਕੋਲ ਰਿਵੋਲਵਰ ਸੀਗਾ, ਉਹਨਾਂ ਫਾਇਰ ਕੀਤੇ, ਦੋ ਗੋਲੀਆਂ ਮੇਰੇ ਲੱਗੀਆਂ, ਇੱਕ ਇੱਥੇ ਚੈਸਟ 'ਤੇ, ਇੱਕ ਮੇਰੇ ਮੁੰਡੇ 'ਤੇ ਆ, ਮੇਰੇ ਨਾਲ ਦੇ ਮੁੰਡੇ 'ਤੇ ਸਿਰ 'ਚ ਗੋਲੀ ਲੱਗੀ ਹੋਈ ਹੈ। ਜਿਹੜਾ ਕੈਸ਼ ਸੀਗਾ ਸਾਡੇ ਕੋਲ 35-40 ਹਜ਼ਾਰ ਰੁਪਈਆ, ਉਹ ਲੁੱਟ ਕੇ ਚਲੇ। ਕਿਤੇ ਲੁੱਟ ਹੋਈ ਹੈ ਜੀ, ਦੋ ਮੁੰਡਿਆਂ 'ਤੇ ਗੋਲੀ ਮਾਰ ਕੇ ਸੇਲਮੈਨ 'ਚੋਂ ਬੈਠੇ ਸੀ, ਗੋਲੀ ਵੱਜੀ ਹੈ ਦੋਨਾਂ 'ਤੇ ਜੀ, ਚਾਰ ਮੁੰਡੇ ਆਏ ਸੀ ਮੋਟਰਸਾਈਕਲ 'ਤੇ ਜੀ, ਗੋਲੀ ਇੱਕ ਦੇ ਮੁੰਡੇ ਛਾਤੀ 'ਚ ਆ ਜੀ, ਇੱਕ ਸਿਰ 'ਚ ਆ, ਇੱਕ ਉਹਦੇ ਮੋਢੇ 'ਤੇ ਆ। ਮੰਗ ਕਰਦੇ ਵੀ ਕਾਰਵਾਈ ਹੋਵੇ ਜੀ, ਜੋ ਜਿਨ੍ਹਾਂ ਨੇ ਕੀਤੀ ਲੁੱਟ ਖੋ, ਸਾਡਾ ਦੋ ਦਿਨ ਪਹਿਲਾਂ ਠੇਕਾ ਪਹਿਲਾਂ ਲੁੱਟਿਆ ਗਿਆ, ਇੱਕ ਆਹ ਪਰਸੋਂ ਦੀ ਗੱਲ ਆ ਜੀ, ਸੁਲਤਾਨਵਿੰਡ ਰੋਡ 'ਤੇ। ਉਹ ਇਹੋ ਜਿਹੇ ਕੰਮ ਵੱਧਦੇ ਰਹਿਣਗੇ ਤਾਂ ਫਿਰ ਕੰਮ ਕਰਨਾ ਔਖਾ ਹੀ ਹੈ ਜੀ। ਇਹ ਮਾਮਲਾ ਇਸ ਤਰ੍ਹਾਂ ਆਇਆ, ਤਕਰੀਬਨ 9 ਵਜੇ ਇਹ ਠੇਕਾ ਸੀਗਾ ਸ਼ਰਾਬ ਦਾ, ਇੱਥੇ ਉਹਦੇ ਦੋ ਕਰਿੰਦੇ ਸੀਗੇ ਕੰਮ ਕਰ ਰਹੇ, ਅਤੇ ਚਾਰ ਮੁੰਡੇ ਆਏ ਆ, ਮੂੰਹ ਉਹਨਾਂ ਬੰਨੇ ਸੀ, ਉਹਨਾਂ ਆਣ ਕੇ ਇਹਨਾਂ 'ਤੇ ਗੋਲੀਆਂ ਚਲਾਈਆਂ। ਇਹਨਾਂ ਦਾ ਜਿਹੜਾ ਕੈਸ਼ ਵਾਲਾ ਗੱਲਾ ਸੀ ਉਹ ਨਾਲ ਹੀ ਚੁੱਕਿਆ। ਇਹਦਾ ਜੇ ਐਸਟੀਮੇਟ ਨਹੀਂ ਗਾ, ਆਈਡੀਆ ਵਾ 25-30 ਹਜ਼ਾਰ ਰੁਪਇਆ ਹੋ ਸਕਦਾ ਇੰਜਨ ਸੇਲ ਹੁੰਦਾ, ਜੇ ਜਾਣਾ ਤਾਂ 20 ਮਹੀਨੇ ਨਹੀਂ ਹੁੰਦੀ ਆ, 25-30 ਹਜ਼ਾਰ। ਉਹ ਕਰ ਰਹੇ ਹਾਂ ਚੈੱਕ, ਹੁਣ CCTV ਕੈਮਰੇ ਵਗੈਰਾ ਸਾਰੇ ਚੈੱਕ ਕਰ ਰਹੇ ਹਾਂ, ਫਿਰ ਅੱਗੇ ਇਹਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਨਵੈਸਟੀਗੇਸ਼ਨ ਤੋਂ ਬਾਅਦ ਜੋ